देखो से तेरे को कहा लगता था कि नहीं लौटेंगे। चला हेलो गाइस, की हाल चाल तोटे सारे दे ता गरेवाल ब्लॉगर एक होर नवा ब्लॉग लेके आ चुका वा। ता आज असि चले आ लुधियाने नु, ते फिर थानू हुण दसांगे वी असि किथे चले आ, ते फिर थानू हुण असि हजे जा रहे आ, ते फिर ਸਾਡਾ ਅੱਜ ਲੰਚ ਦਾ ਪ੍ਰੋਗਰਾਮ ਬਣਿਆ ਸੀਗਾ, ਤੇ ਫੇਰ ਤੁਹਾਨੂੰ ਅਸੀਂ ਵੀਡੀਓ ਪਾਵਾਂਗੇ ਕਿ ਅੱਜ ਅਸੀਂ ਕਿੱਥੇ ਚੱਲੇ ਆ। ਮੀਨਸ ਕਿ ਲੁਧਿਆਣੇ ਦੇ ਵਿੱਚ ਕਿੱਥੇ ਅੱਜ ਲੰਚ ਕਰਨਾ ਵਾ, ਤੇ ਇੱਕ ਹੋਰ ਸਾਡੀ ਇੱਕ ਨਵੀਂ ਚੀਜ਼ ਆ ਜਿੱਥੇ ਅਸੀਂ ਜਾਣਾ ਵਾ, ਉਹ ਤੁਹਾਨੂੰ ਦਿਖਾਉਂਦੇ ਆ ਨੈਕਸਟ ਵੀਡੀਓ ਦੇ ਵਿੱਚ। ਹਾਂਜੀ ਗਾਇਸ, ਆਪਾਂ ਪਹੁੰਚ ਚੁੱਕੇ ਆ, ਤੁਸੀਂ ਦੇਖ ਸਕਦੇ ਹੋ ਪੰਨਾ ਸਿੰਘ ਪਕੌੜੇ ਵਾਲੇ। ਚਲੋ ਹੁਣ ਤੁਹਾਨੂੰ ਅੰਦਰ ਚੱਲ ਕੇ ਦਿਖਾਉਂਦੇ ਆ ਇੱਕ ਵਾਰੀ, ਨਾ ਤੁਹਾਨੂੰ ਸਾਈਡ ਤੋਂ ਦਿਖਾਉਂਦੇ ਆ ਕਿੰਨੀ ਵਧੀਆ ਉਹ, ਤੁਸੀਂ ਦੇਖ ਸਕਦੇ ਹੋ ਬਿਲਡਿੰਗ ਵਧੀਆ ਵਾ। ਤੇ ਬਾਕੀ ਤੁਹਾਨੂੰ ਅੰਦਰ ਜਾ ਕੇ ਜਦ ਪਕੌੜੇ ਖਾਵਾਂਗੇ ਫਿਰ ਦਿਖਾਵਾਂਗੇ। I don't know.
ਸਟੂਡੀਓ ਬਹੁਤ ਖੁਸ਼ੀ ਅੱਜ ਆਉਂਦੀ ਆ ਅੱਜ ਤੇ ਆ ਦੇਖੋ ਆਈਸਕ੍ਰੀਮ ਸਟੂਡੀਓ ਬਿਲਕੁਲ ਲੈਂਸ ਕਾਰਡ ਦੇ ਨਾਲ ਪਹਿਲਾਂ ਲੈਂਸ ਕਾਰਡ ਤੁਹਾਨੂੰ ਦੱਸਿਆ ਸੀਗਾ ਇਹ ਆਪਾਂ ਨੂੰ ਦੇਖਿਆ ਨਹੀਂ ਹੈਗਾ ਨਾ ਵਿੱਚ ਦੀ ਸੀਗਾ ਤੇ ਚਲੋ ਹੁਣ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੇ ਹਾਂ ਚਲੋ ਬਟ ਆਪਾਂ ਰੈਡੀ ਕਰਵਾਵਾਂਗੇ ਫਰੈਸ਼ ਹੁਣ ਤੁਹਾਨੂੰ ਬਣਦੀ ਦਿਖਾਉਂਦੇ ਹਾਂ ਕਿੱਦਾਂ ਬਣਦੀ ਆ ਦੇਖੋ ਇੱਧਰ ਇਹਨਾਂ ਦੇ 17 ਫਲੇਵਰਸ ਨੇ ਆਈਸਕ੍ਰੀਮ ਦੇ ਅਸੀਂ ਦੇਖਦਾ ਰਹਿੰਦੇ ਇੱਧਰ ਨੇ ਅਤੇ ਇੱਧਰ ਨੇ ਬਾਕੀ ਇੱਧਰ ਆਪਾਂ ਖਾਣ ਨੂੰ ਬਣਾਉਂਦੇ ਨੇ ਫਰੈਸ਼ ਫਰੂਟ ਰੱਖੇ ਨੇ ਬਾਕੀ ਇੱਧਰ ਤੁਸੀਂ ਦੇਖ ਲਓ ਜੋ ਕਿ ਸੁੰਦਰ ਸਾਹਿਬ ਦੀ ਸ਼ੌਪ ਵੀ ਆ ਉਸਦੀ ਭਰ ਸਕਦੇ ਹਾਂ ਮਿਲਦਾ
ਸਬਜ਼ੀ ਨਾ ਪਵਾ ਸਕਦੇ ਹੋ ਕਿਹੜਾ ਕੁਛ ਪਾਉਣਾ ਆਈਸਕ੍ਰੀਮ ਓ ਮਾਈ ਗੋਡ ਦੇਖ ਸਕਦੇ ਹੋ ਕਿ ਆਪਣੇ ਅੱਖਾਂ ਸਾਹਮਣੇ ਬੜੀਆਂ